ਜਾਤ ਪਾਤ ਦੇ ਝਗੜਿਆਂ ਫੁੱਟ ਪਾਈ, ਭਾਰਤ ਵਰਸ਼ ਕਮਜ਼ੋਰ ਗੁਲਾਮ ਹੋਇਆ। ਉਹ ਮੁੜ ਮੁੜ ਲੁੱਟਿਆ ਗੈਰ ਲੁਟੇਰਿਆਂ ਨੇ, ਸਦੀਆਂ ਕਈ ਖੁਆਰ ਬਦਨਾਮ ਹੋਇਆ। ਰੱਦੀ ਮਾਲ ਵਾਂਗੂ ਵਿੱਚ ਮੰਡੀਆਂ ਦੇ, ਟਕੇ ਟਕੇ ਤੇ ਹੁਸਨ ਨਿਲਾਮ ਹੋਇਆ। ਵਾਂਗ ਗਾਜਰਾਂ ਮੂੜੀਆਂ ਬੰਦਿਆਂ ਦਾ, ਇੱਥੇ ਬਹੁਤ ਵਾਰ ਕਤਲੇਆਮ ਹੋਇਆ। ਬਹੁਤ ਬੜਾ ਬਲਵੰਤ ਨੁਕਸਾਨ ਕੀਤਾ, ਜਾਤ ਪਾਤ ਵਰਗ ਦੀਆਂ ਵੰਡੀਆਂ ਨੇ। ਉਹ ਲੋਕ ਫਿਰ ਵੀ ਇਕੱਠੇ ਨਹੀਂ ਹੋਣ ਦਿੱਤੇ, ਬੇਈਮਾਨ ਸ਼ੈਤਾਨ ਪਖੰਡੀਆਂ ਨੇ। ਲੋਕ ਫਿਰ ਵੀ ਇਕੱਠੇ ਨਹੀਂ ਹੋਣ ਦਿੱਤੇ, ਬੇਈਮਾਨ ਸ਼ੈਤਾਨ ਪਖੰਡੀਆਂ ਨੇ। ਪਰ ਸਾਡੇ ਸਤਿਗੁਰੂ ਮਹਾਰਾਜ ਆਖਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲ ਹੈ ਬਹੁਤ ਵਿਕਾਰਾ। ਇਹ ਨੁਕਸਾਨਦਾਇਕ ਹੈ, ਇਹ ਜਾਤ ਪਾਤ ਦੇ ਰੌਲੇ, ਊਚ ਨੀਚਤਾ ਦੇ ਝਗੜੇ ਝੇੜੇ ਮਹਾਰਾਜ ਨੇ ਸਭ ਤੋਂ ਪਹਿਲਾਂ ਖਤਮ ਕੀਤੇ। ਸਾਂਝੀ ਸੰਗਤ ਪੰਗਤ ਲਿਆਂਦੀ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਕਲਗੀਆਂ ਵਾਲੇ ਪਾਤਸ਼ਾਹ ਨੇ, ਪਰ ਸਾਡੇ ਵਿੱਚੋਂ ਤਾਂ ਗਏ ਹੀ ਨਹੀਂ, ਜਿਉਂਦੇ ਤਿਉਂ ਹੀ ਨੇ, ਉਦੋਂ ਵੀ ਵੱਧ ਗਏ ਨੇ, ਹੁਣ ਮੁੱਕਣੇ ਨਹੀਂ, ਕਿਉਂਕਿ ਹੁਣ ਲੀਡਰਾਂ ਦੇ ਵੋਟ ਬੈਂਕ ਬਣ ਗਏ ਨੇ। ਮਹਾਰਾਜ ਸਾਨੂੰ ਸਮਰਤ ਬਖਸ਼ੇ, ਸਾਡੇ ਅੰਦਰ ਇਨਸਾਨੀਅਤ ਪੈਦਾ ਹੋਵੇ, ਅਸੀਂ ਦੂਜੇ ਦੇ ਅੰਦਰੋਂ ਵੀ ਉਹ ਪਰਮਾਤਮਾ ਦੀ ਜੋਤ ਨੂੰ ਵੇਖ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।